देखो कितना खूबसूरत है इसकी प्राइस क्या है अस्सलाम वालेकुम जी विरन विर्नियो मेरी वीडियो ਤੁਹਾਡੇ ਤੱਕ ਆਂਦੇ ਆਂਦੀਆਂ ਦੇਰ ਹੋ ਜਾਂਦੀ ਹੈ ਕਿਉਂਕਿ ਮੇਰੇ ਫੋਨ 'ਚ ਸਟੋਰੇਜ ਹੀ ਬਹੁਤ ਹੈ ਇੰਨਾ ਘਰ ਜਾਂਦਾ ਹੈ ਕਿ ਨਾ ਤੇ ਵੀਡੀਓ ਬਣਦੀ ਹੈ ਜੇ ਬਣ ਜਾਏ ਤੇ ਤੁਹਾਡੇ ਤੱਕ ਪਹੁੰਚਣ ਲੱਗਿਆਂ ਨੂੰ ਦੌਰੇ ਪੈਣ ਲੱਗ ਪੈਂਦੇ ਨੇ ਮਿਰਗੀ ਦੇ ਕੁੰਮੀ ਜਾਂਦੀ ਹੈ ਕੁੰਮੀ ਜਾਂਦੀ ਹੈ ਕਿਤੇ ਤੁਹਾਡੇ ਤੱਕ ਪਹੁੰਚਦੀ ਨਹੀਂ ਖੈਰ ਵੀਕੈਂਡ ਸੀ ਅਸੀਂ ਸਵੇਰੇ ਸਵੇਰੇ ਉੱਠੇ ਅਯਾਨ ਕੰਨ ਦਾ ਮੈਲ ਜਾਣਾ ਇਹ ਲਿਟਲ ਲਿਟਲ ਇੱਥੇ ਇੱਕ ਜਰਮਨੀ ਦਾ ਸਟੋਰ ਹੈ ਇੱਥੇ ਬੜੀਆਂ ਸੋਹਣੀਆਂ ਚੀਜ਼ਾਂ ਹੁੰਦੀਆਂ ਨੇ ਤੇ ਆ ਵੇਖੋ ਅਦਰਕ ਇੱਥੇ ਕਿੰਡੀ ਸੋਹਣੀ ਸੀ ਤੇ ਅਸੀਂ ਕਿਹਾ ਚਲੋ ਚੱਲੀਏ ਜਾ ਕੇ ਥੋਨੇ ਥੋੜਾ ਆਪਣਾ ਨਾਸ਼ਤੇ ਵਾਸਤੇ ਕੋਈ ਚੀਜ਼ਾਂ ਲੈਣੀਆਂ ਸਨ ਤੇ ਮੈਂ ਆ ਗਈ ਜਿੱਦਨ ਚੀਜ਼ਾਂ ਸ਼ਿਜ਼ਾਂ ਪਈਆਂ ਹੁੰਦੀਆਂ ਨੇ ਘਰ ਦੀਆਂ ਹੋਰ ਕੀ ਕੰਮ ਹੁੰਦਾ ਹੈ ਔਰਤਾਂ ਨੂੰ ਬਸ ਕੱਪੜੇ ਜੁੱਤੀਆਂ ਤੇ ਘਰ ਦੀਆਂ ਛਾਵਾਂ ਬਸ ਇਨ੍ਹਾਂ ਚੀਜ਼ਾਂ 'ਚ ਦਿਲਚਸਪੀ ਹੁੰਦੀ ਹੈ ਤੇ ਬਸ ਜੀ ਕੜਾਈਆਂ ਵੇਖਿਆ ਮੈਂ ਬੜੀਆਂ ਵਧੀਆ ਫਿਰ ਇਹ ਸਟੋਰੇਜ ਬਾਕਸੇ ਸਨ ਬੜੇ ਵਧੀਆ ਮੈਂ ਲੈ ਲੇ ਮੈਂ ਕਿਹਾ ਬਾਥਰੂਮ ਵਾਸਤੇ ਚੀਜ਼ਾਂ ਵਗੈਰਾ ਰੱਖਣ ਵਾਸਤੇ ਇਸਤੇਮਾਲ ਹੋ ਜਾਣਗੇ ਤੇ ਅਸੀਂ ਜੀ ਆਏ ਟਿਲ ਤੇ ਟਿਲ ਤੇ ਅਸੀਂ ਆਪਣਾ ਸਾਰਾ ਸਮਾਨ ਐ ਕੜਾਈ ਵੇਖੋ ਕਿੰਡੀ ਵਧੀਆ ਤੇ ਮੈਂ ਕਿਹਾ ਚਲੋ ਇਹ ਲੈ ਲੈਣੀਆਂ ਮੇਰੀ ਨੂਡਲਸ ਵਗੈਰਾ ਬਣਾਉਣ ਵਾਲੀਆਂ ਨਾ ਉਹ ਖਰਾਬ ਹੋਈਆਂ ਅਸਨ ਦੋ ਮੈਂ ਹੋਰ ਲੈ ਲਈਆਂ ਮੇਰੇ ਹਸਬੰਦ ਨੇ ਮੈਨੂੰ ਇੱਕ ਦੋ ਵਾਰੀ ਕੂਰਿਆ ਪਰ ਮੈਂ ਵੀ ਨਜ਼ਰਾਂ ਨਹੀਂ ਮਲਾਈਆਂ ਮੈਂ ਕਿਹਾ ਕਿ ਨਹੀਂ ਅੱਜ ਜਾਂ ਫਿਰ ਐ ਨਹੀਂ ਤੇ ਅੱਜ ਜਾਂ ਫਿਰ ਮੈਂ ਨਹੀਂ ਕੜਾਈਆਂ ਮੈਂ ਲੈ ਹੀ ਲਈਆਂ ਮੈਂ ਕਿਉਂ ਉਸ ਵੇਲੇ ਨਾ ਜ਼ਰਾ ਬੰਦਾ ਕੋਈ ਇੱਕ ਦੋ ਗੱਲਾਂ ਸੁਣ ਲਵੇ ਪਰ ਮਰਜ਼ੀ ਆਪਣੀ ਘਾਲੇ ਦਿਲ ਖੁਸ਼ ਹੋ ਜਾਂਦਾ ਫਿਰ ਜੀ ਹਮਾਇ ਮਾਰਕਸ ਐਂਡ ਸਪੈਂਸਰਸ ਇਹ ਵੀ ਬੜਾ ਵਧੀਆ ਸਟੋਰੀ ਇਥੋਂ ਨਾਸ਼ਤੇ ਵਾਸਤੇ ਅਸੀਂ ਲਈਆਂ ਚੀਜ਼ਾਂ ਕਿਉਂਕਿ ਅਸੀਂ ਨਾਸ਼ਤਾ ਕੀਤਿਆਂ ਬਗੈਰ ਹੀ ਸ਼ਾਪਿੰਗ ਵਾਸਤੇ ਨਿਕਲ ਗਏ ਇਸ ਵਾਰ ਐਡੀਸ਼ਨ ਆਖਰ ਆਈ ਇਸ ਸਵੇਰ ਇਸ ਤੇ ਬਾਹਰ ਆਏ ਤੇ ਬਾਹਰ ਹੈ ਪਿਜਨ ਵਿਚਾਰਾ ਛੋਟਾ ਜਾਫਰੇ ਕਿੰਨਾ ਦਾ ਕਬੂਤਰ ਉੱਡ ਕੇ ਆ ਕੇ ਇੱਥੇ ਬਹਿ ਗਿਆ ਸੀ ਸਾਡੇ ਗਾਰਡਨ ਦੇ ਵਿੱਚ ਤੇ ਉਂਝ ਤੇ ਤੁਸੀਂ ਜਾਓ ਪੰਰੀਂਦਿਆਂ ਕੋਲ ਉਹ ਉੱਡ ਜਾਂਦੇ ਨੇ ਦੌੜ ਜਾਂਦੇ ਨੇ ਇਹ ਵਿਚਾਰਾ ਨਾ ਉੱਡੇ ਤੇ ਨਾ ਟੁਰੇ ਮੈਨੂੰ ਬੜਾ ਹੀ ਤਰਸ ਆਇਆ ਮੈਂ ਕਿਹ ਪਤਾ ਨਹੀਂ ਵਿਚਾਰਾ ਭੁੱਖਾ ਪਾਲਾ ਫਿਰ ਕਿੱਥੋਂ ਉੱਡ ਕੇ ਆਇਆ ਤੇ ਇੱਥੇ ਬਸ ਫਿਰ ਬਹਿ ਗਿਆ ਆ ਕੇ ਮੈਂ ਕਿ ਆ ਯਾਨੀ ਨੂੰ ਜਾਂ ਮੇਰਾ ਪੁੱਤਰ ਇਹਨੂੰ ਕੁਝ ਖਾਣ ਪੀਣ ਵਾਸਤੇ ਕੋਈ ਚੀਜ਼ ਲਿਆ ਕੇ ਤੇ ਵਿਚਾਰਾ ਭੁੱਖਣ ਪਾਲਾ ਫਿਰ ਕਿੱਥੋਂ ਉੱਡ ਕੇ ਥੱਕਿਆ ਟੁੱਟਿਆ ਇੱਥੇ ਆ ਕੇ ਸਾਡੇ ਗਾਰਡਨ 'ਚ ਬਹਿ ਗਿਆ ਤੇ ਇਸਕੋ ਪਾਣੀ ਦੋ ਠਰ ਜਾ ਇਸਕੋ ਪਾਣੀ ਦੇ ਪਾਣੀ ਪੀ ਲਾ ਪੰਗ ਉਹ ਟੈਗ ਲੱਗਦਾ ਹੈ ਕਿਸ ਚੀਜ਼ ਦਾ ਕਿਸ ਚੀਜ਼ ਦਾ ਇਹ ਪਤਾ ਕਿਸੇ ਦਾ ਹੈ ਇਹ ਕਿਸੇ ਦਾ ਹੈ ਅੱਛਾ ਇਸ ਲਈ ਇਧਰ ਬੈਠਾ ਆ ਕੇ ਵਾਹ ਕਿੰਨੀ ਪਿਆਸ ਲੱਗੀ ਪੀ ਲੋ ਪਣੀ ਉਹ ਕਿੰਨੀ ਪਿਆਸ ਲੱਗੀ ਉਸਕੋ ਲੋ ਜੀ ਇਹਨੂੰ ਤੇ ਪਾਣੀ ਪਿਾਇਆ ਮੈਂ ਕਿਹਾ ਚੱਲ ਤੂੰ ਪਾਣੀ ਪੀ ਔਰ ਰੈਸਟ ਕਰ ਤੇ ਫਿਰ ਵੇਖਦੇ ਆ ਤੇਰਾ ਕੀ ਕਰਨਾ ਅਸੀਂ ਜੀ ਆਏ ਇਧਰ ਫਿਰ ਕਿਚਨ ਚ ਮੈਂ ਫਟਾਫਟ ਮੇਰੇ ਬੇਟੇ ਨੇ ਕਿਹਾ ਉਹਨੇ ਵੀ ਨਾਸ਼ਤਾ ਕਰਨਾ ਸਾਰਿਆਂ ਨੇ ਕਰਨਾ ਸੀ ਤੇ ਮੈਂ ਇੱਕੋ ਹੀ ਬੋਲ ਚ 6-7 ਅੰਡੇ ਤੋੜ ਕੇ ਸਭ ਕੁਛ ਦੇ ਚਿਪਸ ਉਤਸਟਾ ਕੇ ਬਸ ਮੈਂ ਇਹਨੂੰ ਫੈਂਟ ਰਿਆ ਵੇਖਣ ਵਾਲਿਆਂ ਨੂੰ ਵੀ ਲੱਗਿਆ ਪਿਛਲੀ ਵੀਡੀਓ ਦੇ ਵਿੱਚ ਕਿ ਸ਼ਾਇਦ ਆ ਸਾਰੇ ਅੰਡੇ ਮੈਂ ਹੀ ਖਾਦਨੇ ਬਈ ਮੈਂ ਬੰਦਾ ਵਾਂ ਮੈਂ ਕੋਈ ਕਿ ਪਲਵਾਨ ਨਹੀਂ ਕਿ ਇੰਨੇ ਹੀ ਮੈਂ ਅੰਡੇ ਖਾ ਲੈਣੇ ਨੇ ਤੋ ਟਰਟਿਲ ਆਪਿਸ ਕੇ ਉਪਰ ਪਹਿਲੇ ਆਪਣੇ ਮੁੰਦਾ ਮਾਰਨਾ ਹੈ ਉਸ ਕੇ ਉਪਰ ਜੋ ਬੰਡਾ ਲੱਗ ਜਾਏ ਤੋ ਆਪਨੇ ਉਸ ਕੋ ਉਤਾਰ ਲੈਣਾ ਫਿਰ ਆਪਨੇ ਇਸ ਕੇ ਉਪਰ ਚੀਜ਼ ਢੋਲ ਕੇ ਫਿਰ ਉਹ ਜੋ ਆਪਨੇ ਮੁੰਦਾ ਮਾਰਾ ਵਾਤਾ ਨਾ ਪਹਿਲੇ ਉਹ ਸਾਈਡ ਉਲਟੀ ਕਰਕੇ ਉਸ ਕੇ ਉਪਰ ਥੋੜਾ ਸਾ ਅੰਡਾ ਔਰ ਲਗਾਣਾ ਹੈ ਜਿਸ ਸਾਈਡ ਲੱਗ ਗਿਆ ਇਸ ਕੋ ਪਾਸਾ ਪਰਤਾ ਕੇ ਆਪਨੇ ਇਸ ਕੋ ਕਮਾ ਫਰਾ ਲੈਣਾ ਇਸ ਕੇ ਉਪਰ ਵੀ ਚੀਜ਼ ਵਗੈਰਾ ਢੋਲ ਦੇਣੀ ਤੋ ਬਸ ਮੈਂ ਇਹ ਕਹਤੀ ਹੂੰ ਜ਼ਿੰਦਗੀ ਮੇਂ ਨਾ ਫੱਪੇ ਕੁੱਟਨੀਓ ਸੇ ਨਾ ਜ਼ਰਾ ਅਵੇਅਰ ਰਹਾ ਕਰੇ ਤੁਹਾਨੂੰ ਅਗਾਈ ਹੋਣੀ ਚਾਹੀਦੀ ਕਿਹੜਾ ਟਾੜਾ ਆਪਣਾ ਕਿਹੜਾ ਟਾੜਾ ਪਰਾਇਆ ਜਿਹੜਾ ਆਪਣਾ ਹੁੰਦਾ ਨ भी अंडा लगा बहुत ना, उनसे ना सावधान रहे तो ये देखें जी इसके पाओं के ऊपर लगा हुआ था टैग उसके ऊपर ओनर का नंबर लिखा हुआ था वहां से हमने ओनर को फोन करके बता दिया हूँ कल आएगा लैंड वास्तें तो जी मैं आई किचन में किचन में साफ सुथरा कर छिंजर गार्लिक काटी मैंने अज चाइनीज खाना बनाना है तो ये चिकन है इसको मैंने इस तरह से काट के अच्छी तरह से इसको मैंने धो लिया और ये पड़े मैं पीछे ले चावल जो मैं चावल पकाती हूँ मैं कह दो कप चावल भी पिहन देवा बस इनको भी मैंने भिगो के रखा मेरी कुकिंग तो बेची रह गई मेरा बेटा कहता है मामा चलो मीट लेके आए कल वहाँ करना मौसम देखो मौसम देख के चंगा इन्होंने पता नहीं की होंगे से ना लाइट पड़ रही थी अभी जाती हूँ इसके साथ ले मैरिनेट करा ਫੇਰ ਕੋਈ ਹੋਰ ਕੰਮ ਕਰਨੀ ਬਸ ਜੇ ਅਸੀਂ ਪਹੁੰਚੇ ਮੀਟ ਵਾਲੀ ਸ਼ਾਪ ਤੇ ਤੇ ਉੱਥੇ ਤੇ ਕਿਆ ਬਹਾਰਾਂ ਲੱਗੀਆਂ ਅਸਨ ਅੱਜ ਫਰਾਈਡੇ ਸੀ ਔਰ ਤਾਜ਼ਾ ਤਾਜ਼ਾ ਮੀਟ ਆਇਆ ਥਾ ਇਹ ਬੀਫ ਦਾ ਪੜਾਵਾ ਥਾ ਕਿਮਾ ਮੈਂ ਕਿਆ ਨਹੀਂ ਮਿੰਤੇ ਚਾਹੀਦਾ ਲੈਂਬ ਦਾ ਚਾਂਪਾ ਵੀ ਪਿੱਛੇ ਬੜੀਆਂ ਹੀ ਸੁਣੀਆਂ ਪਈਆਂ ਸਨ ਔਰ ਬਾਰਬੀਕਿਊ ਮੈਂ ਕਿਆ ਕਰਨਾ ਹੈ ਤੇ ਚਲੋ ਫਿਰ ਹੁਣ ਖੋਲ ਢੋਲ ਕੇ ਕਰੋ ਇੱਕ ਦੋ ਬੋਟੀਆਂ ਦਾ ਕੀ ਰੋਸਟ ਕਰਨਾ ਚ ਖੋਲ ਢੋਲ ਕੇ ਖਾਓ ਅਮੀ ਲੜਕੋ ਨਾ ਮੈਨੂੰ ਘਟ ਲੱਗ ਗਿਆ ਮੈਨੂੰ ਵੱਧ ਲੱਗ ਗਿਆ ਹਾਏ ਆ ਤੇ ਚੀਜ਼ਾਂ ਪਹਿਲੇ ਹੁੰਦੀਆਂ ਸਨ ਨਾ ਜਦੋਂ ਅਸੀਂ ਛੋਟੇ ਛੋਟੇ ਹੁਣ ਤੇ ਬੱਚਿਆਂ ਦੇ ਸਾਹਮਣੇ ਖਾਣਾ ਪਿਆਰਾਂ ਦਾ ਬੱਚੇ ਵੇਖਦੇ ਹੀ ਨਹੀਂ ਸਾਨੂੰ ਬੜਾ ਹੁੰਦਾ ਸੀ ਕਿ ਅਸੀਂ ਇਹ ਵੀ ਚੀਜ਼ ਖਾਈਏ ਤੇ ਇਹ ਵੀ ਚੀਜ਼ ਖਾਈਏ ਲੇਕਿਨ ਸ਼ੁਕਰ ਅਲਹੁਦੁਲillah ਮਾਂ ਬਾਪ ਦੇ ਜਿੰਨੇ ਵੀ ਵਸਾਇਲ ਸਨ ਉਹਨਾਂ ਨੇ ਸਾਨੂੰ ਬਹੁਤ ਸੋਨਾ ਖਾਣਾ ਖਵਾਇਆ ਤੇ ਇੱਥੇ ਜੀ ਅਸੀਂ ਫਿਰ ਸਿਖਾ ਮੈਂ ਲੱਭਣ ਆਈ ਮੈਂ ਕਿਹਾ ਸਿਖਾ ਵੇਖਾਂ ਕਿ ਤੇ ਸਿਖਾਂ ਲੱਭਣ ਤੇ ਸਿਖਾਂ ਤੇ ਉਹ ਕਹਿੰਦੇ ਲੋਕੀ ਲੈ ਗਏ ਨੇ ਸਾਰੀਆਂ ਮੈਂ ਕਿਹਾ ਬੇੜਾ ਤਰ ਗਿਆ ਸਿਖਾਂ ਨੇ ਤੇ ਦਿਲ ਬੜਾਈ ਤੋੜ ਛੜਿਆ ਕੋਈ ਨਾ ਲੱਭੀਆਂ ਸਿਖਾਂ ਬਾਰਾ ਨੂੰ ਘਰੋਂ ਲੱਭਾਂਗੀ ਕਿੱਥੇ ਪਈਆਂ ਨੇ ਕਿਹੜੇ ਸੰਦੂਕ ਚ ਤੇ ਕਿਹੜੇ ਟੈਚੀ ਚ ਕਿਹੜੀ ਪੇਟੀ ਚ ਉੱਥੋਂ ਕੱਢਾਂਗੇ ਫਿਰ ਜੇ ਹਮ ਆਏ ਇਧਰ ਮੇਰਾ ਬੇਟਾ ਕਹਤਾ ਉਹਨੇ ਬਣਾਣੀ ਹੈ ਸਟੇਕ ਅੱਗੇ ਇਹਨਾਂ ਨੇ ਸਟੇਕਾਂ ਬਣਾ ਬਣਾ ਮੇਰੀ ਗ੍ਰਿੱਡਲ ਜਿਹੜੀ ਹੈ ਨਾ ਉਹ ਸਾੜ ਛੱਡੀ ਸੀ ਤੇ ਮੈਨੂੰ ਇਹ ਗੋਸ਼ਤ ਬੜਾ ਹੀ ਸੋਹਣਾ ਲੱਗਾ ਮੈਂ ਕਿਹਾ ਚੱਲ ਦੋ ਕਨਾ ਪੀਸੇ ਦੇ ਵੀ ਲੈ ਲਵਾਂ ਇਹਨਾਂ ਵਿੱਚ ਮਸਾਲਾ ਲਾ ਕੇ ਮੈਂ ਬਣਾ ਲਾਂਗੀ ਫਿਰ ਮੈਂ ਆਪਣੀ ਮਰਜ਼ੀ ਦੇ ਦੋ ਕ ਪੀਸ ਕੇ ਮੈਂ ਕਿਹਾ ਚੱਲ ਇਹਦੇ ਵਿੱਚ ਪਾ ਦੇ ਔਰ ਫਿਰ ਇਹ ਵੀ ਲਈ ਅਮਨੇ ਨਿਬਲਟਸ ਇਨਨ ਆਲਰੇਡੀ ਲੱਗਾ ਸੀ ਮਸਾਲਾ ਤੋ ਜੀ ਇਹ ਜਾਮਨ ਇੱਥੇ ਮੈਂ ਵੇਖੇ ਬੜੇ ਹੀ ਵਧੀਆ ਜਾਮਨ ਹਾਏ ਇੰਨੀ ਦੇਰ ਬਾਅਦ ਤੇ ਅੱਤਨੀਆਂ ਪਦੀਨਾ ਸਭ ਕੁਝ ਲਿਆ ਬਸ ਮੈਂ ਕਹਿੰਨੀ ਆ ਇੱਥੇ ਕੰਮ ਕਰਨੇ ਇੰਨੇ ਕੋਖੇ ਨੇ ਨਾ ਨਾ ਮੁਸ਼ਕਲ ਏ ਕਿ ਤੜੀਆਂ ਵੀ ਆਪੇ ਬਣਾਉਣਾ ਪਦੀਨਾ ਵੀ ਆਪੇ ਬਣਾਉਣਾ ਪਿਆਜ਼ ਵੀ ਆਪੇ ਕੱਟਣੇ ਲਸਣ ਨਦਰਕ ਵੀ ਆਪੇ ਬਣਾਉਣਾ ਹਰ ਚੀਜ਼ ਖਾਣਾ ਪਕਾਉਣਾ ਫਿਰ ਭਾਂਡੇ ਧੋਣੇ ਫਿਰ ਸਫਾਈਆਂ ਕਰਨੀਆਂ ਫਿਰ ਪੜੇ ਸਟਰੀ ਕਰਨੇ ਫਿਰ ਬਾਥਰੂਮ ਸਾਫ ਕਰਨੇ ਫਿਰ ਹੂਵਰ ਫੇਰ ਨਾ ਮੈਂ ਕਹਨੀ ਆ ਜੰਨਤ ਚ ਜਾਣਾ ਜਿੱਤੇ ਔਰਤਾਂ ਨੇ ਬਸ ਹੈ ਉਹਨਾਂ ਔਰਤਾਂ ਨੇ ਜਿਹੜੇ ਸਾਰੇ ਕੰਮ ਆਪੇ ਕਰਦੀਆਂ ਨੇ ਦੂਜੀਆਂ ਵੀ ਜਾਣ ਗਈਆਂ ਪਰ ਉਹ ਇਹ ਵਾਲੀਆਂ ਪਹਿਲੇ ਟੁਰ ਜਾਣਗੀਆਂ ਇਹਨਾਂ ਨੇ ਪਹਿਲਾਂ ਟੁਰ ਜਾਣਾ ਫਿਰ ਜੀ ਆਏ ਸੀ ਅਸ ਦਾ ਇੱਥੋਂ ਥੋੜਾ ਸਮਾਨ ਲਿਆ ਹੋਰ ਜਿਹੜਾ ਕੋਈ ਮੈਰੀਨੇਸ਼ਨ ਚ ਚੀਜ਼ਾਂ ਪਾਣੀਆਂ ਪੋਣੀਆਂ ਸਨ ਉਹ ਫਿਰ ਲਈਆਂ ਤੇ ਜੀ ਬਸ ਫਿਰ ਹੁਣ ਸੋਚਾਂ ਕਿ ਘਰ ਜਾਵਾਂ ਕੀ ਕਰਾਂ ਮੈਂ ਤੇ ਇੰਨਾ ਕੋਸ਼ਿਸ਼ ਕਰਕੇ ਥੱਕ ਗਈ ਹਲੇ ਤੇ ਮੈਂ ਅਗਲਾ ਪ੍ਰੋਗਰਾਮ ਕਰਨਾ ਜੇ ਸਾਰਾ ਜਾ ਕੇ ਹੈ ਜਾ ਕੇ ਹਲੇ ਘਰ ਖਾਣਾ ਪਕਾਣਾ ਹੈ ਜਾ ਕੇ ਆਹ ਵਾਲਾ ਗੋਸ਼ਤ ਸਾਰਾ ਮੈਰੀਨੇਟ ਕਰਨਾ ਹੈ ਕੱਲ ਵਾਸਤੇ ਆ ਬਸ ਬੱਚਿਆਂ ਦੀਆਂ ਖਾਸ਼ੀਆਂ ਨਹੀਂ ਤੇ ਸੱਚ ਪੁੱਛੋ ਮੇਰਾ ਤਾਂ ਦਿਲ ਨਹੀਂ ਕੁਝ ਵੀ ਕਰਦਾ ਕਰਨ ਤੇ ਮੇਰੇ ਤੇ ਜਿਹੜੇ ਦਿਨ ਅੱਬੂ ਨਾਲ ਗੱਲ ਹੋ ਜਾਂਦਾ ਮੇਰਾ ਤੇ ਉਹ ਦਿਨ ਬਸ ਇੰਜ ਹੁੰਦਾ ਨਾ ਕਿ ਮੈਨੂੰ ਇੰਨਾ ਅੱਬੂ ਵਾਸਤੇ ਫੀਲ ਹੁੰਦਾ ਹੈ ਇਕੱਲੇ ਨੇ ਇਕੱਲੇ ਨਹੀਂ ਆਮੀਨ ਕੇ ਅੰਮੀ ਸਾਡੇ ਕੋਈ ਨਹੀਂ ਉਹਨਾਂ ਨੂੰ ਹੁੰਦਾ ਕਿ ਮੇਰੀ ਸਾਰੀ ਔਲਾਦ ਮੇਰੇ ਕੋਲ ਹੋਵੇ ਤੇ ਸਾਡੇ ਚੋਂ ਕੋਈ ਉਹਨਾਂ ਨੂੰ ਰੋਜ਼ ਜਾ ਕੇ ਵੇਖ ਨਹੀਂ ਸਕਦਾ ਤੇ ਬੜਾ ਔਖਾ ਹੋ ਜਾਂਦਾ ਫਿਰ ਤੇ ਐ ਜੀ ਮੈਂ ਇੱਕ ਕੱਪ ਮੈਦਾ ਪਾਇਆ ਇਹਦੇ ਚ ਮੈਂ ਪਾਇਆ ਅੰਡਾ ਇਹਦੇ ਚ ਮੈਂ ਪਾਈਆਂ ਕਾਲੀਆਂ ਮਰਚਾਂ ਔਰ ਇਹ ਮੈਂ ਡਾਲੀ ਚਿਕਨ ਜੋ ਮੈਂ ਧੋ ਕੇ ਰੱਖ ਗਈ ਹੋਈ ਥੀ ਇਹ ਚਿਕਨ ਕੋਈ 1 ਕਿਲੋ ਚਿਕਨ ਸੀ ਇਹਨੂੰ ਮੈਂ ਬਣਾਣੀ ਜੇ ਚਾਈਨੀਜ਼ ਸਵੀਟ ਐਂਡ ਸੌਅਰ ਚਿਕਨ ਮੈਰੀਨੇਟ ਕਰਕੇ ਰੱਖ ਦਿਆ ਇੱਥੇ ਇਹ ਮੈਰੀਨੇਸ਼ਨ ਜਿਹੜੀ ਹੋਈ ਸੀ ਚਿਕਨ ਦੀ ਅਸੀਂ ਇਹਨੂੰ ਫਿਰ ਹੁਣ ਕਰ ਲੈਣਾ ਫਰਾਈ ਆ ਵੇਖੋ ਇਹਦੀਆਂ ਸਾਈਡਾਂ ਕਿੰਡੀਆਂ ਸੋਹਣੀਆਂ ਚੇਂਜ ਹੋਈਆਂ ਮੇਰੀ ਡਵਾਈਸ ਹੈ ਵੇ ਕਿ ਤੁਸੀਂ ਨਾਨ ਸਟਿਕ ਦੇ ਵਿੱਚ ਫਰਾਈ ਕਰੋ ਨਹੀਂ ਤੇ ਦੂਜੇ ਚ ਕਰੋ ਨਾ ਤੇ ਸਟਿਕ ਹੋ ਕੇ ਪੈਨਲ ਸਾਰੀ ਚਿਕਨ ਖਰਾਬ ਹੁੰਦੀ ਹੈ ਤੇ ਇਹ ਜਿਹੜੀ ਜੇ ਨਾ ਇੰਜ ਬੜੀ ਵਧੀਆ ਬਣੀ ਸੀ ਤੋਂ ਬਸ ਜੀ ਇਸ ਤਰ੍ਹਾਂ ਫਰਾਈ ਕਰ ਕਰਕੇ हमने نکالا یہاں मैंने चावलों का पानी जो है रख दिया इसको चावल भी बॉईल करके ਮਰਾ ਦਿੱਤੇ ਚਾਵਲ ਨਾ ਠੰਡੇ ਕਰਕੇ ਫੇਰ ਬਣਾਣੇ ਬੋਇਲ ਕਰਕੇ ਇੱਕ ਸਾਈਡ ਤੇ ਰੱਖ ਦਿੱਤੇ ਔਰ ਯਹਾਂ ਪੇ ਅਬ ਚਿਕਨ ਕੀ ਤਿਆਰੀ ਹੋ ਰਹੀ ਹੈ ਜਿੰਜਰ ਗਾਰਲਿਕ ਨੂੰ ਤਲਫਾਨੇ ਕੇ ਬਾਅਦ ਸ਼ਿਮਲੇ ਮਿਰਚੇ ਵੀ ਹਮਨੇ ਉਸਮੇਂ ਡਾਲ ਦੀ ਯਹਾਂ ਉਸਕੀ ਸੌਸ ਬਣ ਰਹੀ ਹੈ ਅੱਧਾ ਕੱਪ ਕੈਚਪ ਪਾ ਲੋ ਚਿਲੀ ਸੌਸ ਪਾ ਲੋ ਸੋਇਆ ਸੌਸ ਡਾਲੋ ਕਾਲੀਆਂ ਮਿਰਚਾਂ ਤੇ ਕ੍ਰਸ਼ ਚਿਲੀਜ਼ ਤੇ 2 ਚਮਚੇ ਚੀਨੀ ਦੀਆਂ ਜੋ ਤੁਸੀਂ ਪਾਣਾ ਹੈ ਸੌਸ ਤੁਸੀਂ ਚਖਣੀ ਹੈ ਤੁਹਾਨੂੰ ਲੱਗੇਗੀ ਖੱਟੀ ਮਿੱਠੀ ਤੇ ਬਸ ਤਿਆਰ ਹੈ ਇਹਦੇ ਚ ਕੋਈ ਅੱਡੀ ਸੈਂਸ ਕੋਈ ਨਹੀਂ ਅੱਧਾ ਕੱਪ ਪਾਣੀ ਪਾ ਲੋ ਲੋ ਜੀ ਸਾਸ ਤੁਸੀਂ ਢੋਲ ਦਿੱਤੀ ਔਰ ਪਿੱਛੇ ਵੇਖੋ ਜਾਬਲਾਂ ਦੀ ਢੇਰੀ ਲੱਗੀ ਦੋ ਚਮਚ ਚੀਨੀ ਦੇ ਵਿੱਚ ਬਾਤ ਮੈਨੂੰ ਭੁੱਲ ਗਿਆ ਸੀ ਮੈਂ ਚੀਨੀ ਨਹੀਂ ਪਾਈ ਬਸ ਫਿਰ ਜੀ ਇਸਕੋ ਆਪਨੇ ਹਿਲਾਰ ਲੈਣਾ ਜਬ ਇਸਕੋ ਉਬਾਲੀਆਂ ਆਨੇ ਲੱਗ ਜائیںਗੀ ਤਾਂ ਕੌਰਨ ਫਲਾਵਰ ਦੇ ਦੋ ਚਮਚੇ ਪਾਣੀ ਵਿੱਚ ਕੋਲ ਕੇ ਉਹ ਵੀ ਆਪਨੇ ਇਸਮੇ ਢੋਲ ਦੇਨੇ ਬਸ ਜੀ ਫਿਰ ਇਸਕੋ ਘੁਮਾਈ ਜਾਣਾ ਘੁਮਾਈ ਜਾਣਾ ਘੁਮਾਈ ਜਾਣਾ ਜਬ ਬਹੁਤ ਸਾਰਾ ਘੁਮਾ ਲਏ ਬੁਲਬਲੀਆਂ ਆਨੇ ਲੱਗ ਜائیں ਉਬਲੀਆਂ ਆਨੇ ਲੱਜਾਂ ਤਾਂ ਸਪਰਿੰਗ ਔਨਿਅਨ ਉੱਪਰ ਦਸ ਐ ਜੇ ਕੜਾਈ ਜਿਹੜੀ ਮੈਂ ਅੱਜ ਲਿਡਲ ਤੋਂ ਲਿਆਉਂਦੀ ਐ ਮੈਂ ਕੱਲ ਲਿਆਉਂਦੀ ਐ ਉੱਥੇ ਹੱ तुं ले ने तो तुम लै जाके जी दो अंडे डाल के थोड़ा सा जरदा कलर डाल के इसमें आपने इसको भून लेना ये जो कढ़ाई है ना ये कास्ट आयरन की कढ़ाई है बड़ी ज़बरदस्त मैं नाल की एक थोड़ी जी डूँगी कढ़ाई तो एक छोटा जहा पैन वो भी मैंने लिया तो बस जी इसमें सब्जियाँ जो भी आपके पास हैं गाजरें शिमला मिर्च कहते ने स्प्रिंग ऑनियन उनको भून के इस स्टेज पर आप इसमें काली मिर्चों सोया सॉस इस स्टेज पर आप डालेंगे मैं तो भुल ही गई बिल्कुल ਨਮਕ ਵੀ ਤੁਸੀਂ ਇਸ 스테ਜ ਤੇ ਪਾਣ ਸੀ ਮੈਂ ਫਿਰ ਚਾਵਲਾਂ ਦੇ ਉੱਤੇ ਪਾ ਦਿੱਤਾ ਪਰ ਇੰਜ ਵੀ ਸਹੀ ਬਣ ਗਏ ਸਨ ਕੋਈ ਐਡਾ ਕੋਈ ਖਰਾਬ ਨਹੀਂ ਸੀ ਹੋਇਆ ਐਡੀ ਕੋਈ ਮੈਂ ਫੇਲ ਨਹੀਂ ਸਹਾ ਗੇ ਧਿਆਨ ਚ ਹੈ ਪਾਸੀ ਹੋ ਗਈ ਸੋ ਉਸ ਤੋਂ ਬਾਅਦ ਬਲਕੇ ਘਰ ਵਾਲਿਆਂ ਨੂੰ ਤਾਂ ਸਮਝ ਹੀ ਨਹੀਂ ਆਈ ਕਿ ਮਸਾਲੇ ਪਹਿਲਾਂ ਪਾਏ ਸਨ ਕਿ ਬਾਅਦ ਚੂਤੇ ਤੂੜੇ ਨੇ ਸਸੇਮੀ ਸੀਡ ਆਇਲ ਵੀ ਆਪ ਨੇ ਇਸ ਦੇ ਉੱਪਰ ਸੋਨਾ ਸਾ ਛਿੜਕ ਦੇਣਾ ਇਸ ਤਰ੍ਹਾਂ ਸੇ ਔਰ ਫਿਰ ਆਪ ਨੇ ਸਪਰਿੰਗ ਆਨੀਅਨ ਜੋ ਹੈ ਨਾ ਉਹ ਸਪਰਿੰਗ ਆਨੀਅਨ ਦਾ ਤੇ ਚਾਈਨਿਸ ਦਾ ਤਾਂ ਮੈਂ ਕਹਿੰਦੀ ਹਾਂ ਬਸ ਜਿੰਨੇ ਮਰਨੇ ਦਾ ਸਾਥ ਹੈ ਫਿਰ ਮੈਨੇ ਕਾ ਚਲੇ ਘਰ ਵਾਲੇ ਤਾਂ ਕ੍ਰਿਕਟ ਖੇលਣ ਗਏ ਹੋਏ ਸਨ ਇਨਾ ਨਿਆਣਾ ਸੀ ਲੇਟ ਤੇ ਮੈਂ ਕਿਹਾ ਚਲੋ ਮੈਂ ਨਾ ਬਣਾ ਲਵਾਂ ਬਸ ਆਣ ਹੀ ਵਾਲੇ ਸਨ ਲੇਕਿਨ ਮੇਰਾ ਟਾਈਮ ਹੁੰਦਾ ਨਾ ਖਾਣ ਦਾ ਟਾਈਮ ਮੁਕਰਰ ਹੁੰਦਾ ਹੈ ਜੋ ਮੈਨੇ ਖਾਣਾ ਹੁੰਦਾ ਉਸ ਟਾਈਮ ਸੇ ਮੈਂ ਅੱਗੇ ਪਿੱਛੇ ਨਹੀਂ ਕਰਦੀ ਨਹੀਂ ਤਾਂ ਮੇਰੀ ਇੰਟਰਮੀਟਿੰਗ ਫਾਸਟਿੰਗ ਖਰਾਬ ਹੋti ਐ ਜਿਵੇਂ ਸਭ ਤੋਂ ਵੱਡੀ ਪਲੇਟ ਮੇਰੀ ਸਾਰੇ ਦੁੱਖ ਵੀ ਮੇਰੇ ਸਾਰੀਆਂ ਤਕਲੀਫਾਂ ਵੀ ਮੇਰੀਆਂ ਬਸ ਮੈਂ ਸਾਰਾ ਦਿਨ ਸੋਚ ਸੋਚ ਕੇ ਕਿ ਮੈਂ डाइटिंग करनी है मैं ऐ मैंने खाना नहीं खाँगी शाम तक मैंने इन्ना तो बड़ी प्लेट मेरी होंगी जी <laughs> ये जी ब्लॉग काफ़ी पहले का ही है लेकिन मैं आपके साथ अब शेयर कर रही हूँ ये हम गए थे बिस्टर विलेज बिस्टर विलेज यूके में एक छोटा सा विलेज है जहाँ पे बहुत खूबसूरत शॉपिंग सेंटर बना हुआ है बड़ा सोहना खूबसूरत सेंटर बनया शॉपिंग सेंटर इतना ग्रीनरी बहुत है प्लांट बहुत सोने लगे ने ਤੇ ਬੋਤ ਵੱਡੇ ਵੱਡੇ ਤੁਸੀਂ ਕਹਿ ਲੋ ਕਿ ਇੱਥੇ ਡਿਜ਼ਾਈਨਰਾਂ ਦੀਆਂ ਦੁਕਾਨਾਂ ਨੇ ਪਰ ਅਸੀਂ ਡਿਜ਼ਾਈਨਰ ਦੁਕਾਨ ਚ ਕੀ ਕਰਨਾ ਸਾਨੂੰ ਤਾਂ ਤੇ ਭੁੱਖ ਹੀ ਹਰ ਪਾਸੇ ਮਿਲੇ ਕੇ ਬਹਿ ਜਾਂਦੀ ਹੈ ਹੈ ਪੰਜਾਬੀਆਂ ਨੂੰ ਵੈਸੇ ਨਾ ਮੈਂ ਕਹਿੰਨੀ ਆ ਕਿਤੇ ਵੀ ਲੈ ਜਾਓ ਤੁਸੀਂ ਨੂੰ ਇਹਨਾਂ ਨੇ ਸਭ ਤੋਂ ਪਹਿਲੇ ਖਾਣਾ ਪੀਣਾ ਫਿਰ ਇਹਨਾਂ ਨੇ ਕਿਸੇ ਪਾਸੇ ਜਾਣਾ ਉੱਠ ਕੇ ਸਾਨੂੰ ਤੇ ਭੁੱਖ ਹੀ ਲੱਗ ਜਾਂਦੀ ਹੈ ਜਿੱਥੇ ਵੀ ਟੁਰ ਜੇਗੀ ਉੱਥੇ ਜੀ ਬੜੀਆਂ ਦੁਕਾਨਾਂ ਸਨ ਬੜੀਆਂ ਸ਼ਾਵਾ ਬੜੇ ਪਰਸ ਬੜਿਆ ਪਰਸ 900 ਪੌਂਡ ਦਾ ਆਇਆ ਹੈ ਮੈਂ ਕਿਹਾ ਐਡਾ ਮਹਿੰਗਾ ਪਰਸ ਤੇ ਖਾਲੀ ਪਰਸੇ ਪੜਾਂਗੇ ਇਹਦੇ ਚ ਪੈਸਾ ਤੇ ਕੋਈ ਨਹੀਂ ਹੋਣਾ तो बस जी ये पर्स बड़ा मुझे वैसे अच्छा लगा था मैं क्या चलो अल्लाह कदी एना कोई कि तुम लवो तो तुम्हें पाओ है चीज़ा भी बड़िया ने बंद वास्ते ही बनिया ने तिना वास्ते ही बनाई आखो जी कि सोहनी मैनू लगी बेल बारों लगी हुई और ये फिर मैं अपनी बेटी के साथ आई ये है शालट टिलबरी इसकी ना चीज़ें बड़ी अच्छी होती हैं खैर मैंने तो बाद पता चलिया मैं पहला यदि लिपस्टिका लैके लादी ਤੋ ਯਹਾਂ ਪੇ ਬਣ ਰਹੇ ਥੇ ਜੀ ਕਰੈਪ ਐ ਬੜੇ ਸੋਣੇ ਬਣਦੇ ਨੇ ਇਨਾਂ ਚ ਚੌਕਲੇਟ ਦੀ ਫਿਲਿੰਗ ਔਰ ਫਰੂਟ ਕੀ ਫਿਲਿੰਗ ਔਰ ਕਰੀਮ ਕੀ ਫਿਲਿੰਗ ਤੇ ਐ ਇਸ ਤਰ੍ਹਾਂ ਹੀ ਬਣਾ ਕੇ ਦਿੰਦੇ ਨੇ ਇਸ ਮੋਸੇਹਾਰ ਬਣਾ ਦੇਣਗੇ ਰੈਪ ਜਿਸ ਤਰ੍ਹਾਂ ਕਿ ਮੈਂ ਬਣਾਤੀ ਹੂੰ ਉਸ ਤਰ੍ਹਾਂ ਕੇ ਰੈਪ ਐ ਵੀ ਮੈਂ ਕਿਸੇ ਦਿਨ ਬਣਾਵਾਂਗੀ ਆ ਵੇਖੋ ਕਿੱਡੇ ਸ਼ਾਨਦਾਰ ਐਸੇ ਬਣਾਤੇ ਹਨ ਔਰ ਬੜਾ ਲੋਕਾਂ ਦਾ ਰਸ਼ ਸੀ ਉੱਥੇ ਬੜੇ ਲੋਕ ਲੈ ਲੈ ਕੇ ਖਾਂਦੇ ਪਾਸੇ ਮਿੰਤੇ ਨਾ ਦੇ ਤਵੇ ਬੜੇ ਪਸੰਦ ਆਏ ਹਾਏ ਮੈਂ ਕਿੰਜ ਦਾ ਤਵਾ ਮੇਰੇ ਕੋਲ ਵੀ ਹੋਏ ਤੇ ਕਿਆ ਹੀ ਬਾਤ ਹੈ ਬੜਾ ਹੀ ਮਜ਼ਾ ਆਵੇ ਦਿੱਤੇ ਬਣਾਉਣ ਦਾ ये मैं आई थी फिर बेडिंग वाली शॉप में इत्थे भी बढ़िया ही सोनिया चीजा मौसम चंगा लगता है बार-बार निकलो फैमिली नाल फिरो टुरो ते बड़ा ही चंगा लगता है ऐसी जी बर्तना वाली शॉप इत्थे बर्तन बड़े सोने सन ਮੈਂ ਤੇ ਹੁਣ ਵੈਸੇ ਬਰਤਨ ਲੈਣੇ ਕੋ ਨਹੀਂ ਮੈਂ ਤਾਂ ਕਹਨੀਆਂ ਮੇਰੀਆਂ ਟੈਚੀਆਂ ਚ ਜਿਹੜੇ ਨੇ ਪਾਂਡੇ ਮੇਰੇ ਹਰ ਜਗ੍ਹਾ 'ਤੇ ਬਰਤਨ ਮੈਂ ਨੇ ਛੁਪਾਏ ਹੋਏ ਆ ਹਾਏ ਜਿਹੜੇ ਦਿਨ ਇੱਥੇ ਕੋਈ ਮੈਂ ਕਹਨੀਆਂ ਤਲਾਸ਼ੀ ਹੋ ਗਈ ਨਾ ਬਸ ਉਸ ਦਿਨ ਮੇਰੀ ਖੈਰ ਨਹੀਂ ਪਾਂਡੇ ਕਪੜੇ ਜੁੱਤੀਆਂ ਬੜੇ ਬੜੇ ਮੈਨੇ ਸੀਕਰਟ ਜਗੋ ਤੇ ਚੁਪਾਏ ਹੋਏ ਆ ਤੋ ਬਸ ਫਿਰ ਕੀ ਕਰਕੇ ਸ਼ੌਕ ਦਾ ਕੋਈ ਮੁੱਲ ਨਹੀਂ ਫਿਰ ਜੀ ਮੇਰੇ ਹਸਬੰਡ ਨੇ ਗਾ ਕੇ ਚਾਹ ਵਗੈਰਾ ਪੀ ਲੇ ਕੁਛ ਖਾ ਪੀ ਲਈਏ ਮੈਂ ਕਿਹਾ ਉਹ ਬਸ ਚਲੋ ਜੀ ਫਿਰ ਉਹ ਖਾ ਪੀ ਲੈਨੇ ਕੇਕ ਮੈਨੂੰ ਬੜੇ ਵਧੀਆ ਲੱਗਿਆ ਜਿਨ੍ਹਾਂ ਚੁਪੇ ਨੇ ਮੈਨੂੰ ਐਵੀ ਬੜੀਆਂ ਹੀ ਸੁਣੀਆਂ ਲੱਗੀਆਂ ਇਹਨਾਂ ਦੇ ਟੱਕਣ ਬੜੇ ਵਧੀਆ ਸਨ ਉਤੋਂ ਇਹ ਕੇਕ ਮuje ਅੱਛਾ ਲੱਗਾ ਬੜਾ ਹੀ ਸੋਨਾ ਦੇ ਉੱਤੇ ਫੁੱਲ ਜੇ ਵੀ ਸਨ ਔਰ ਬੜਾ ਹੀ ਖੂਬਸੂਰਤ ਰੋਸ ਟਾਈਪ ਦਾ ਵੀ ਥਾ ਕੇਕ ਔਰ ਆ ਵੇਖੋ ਕਿੱਦਾਂ ਸੋਨਾ ਲੱਗਦਾ ਪਿਆ ਜੀ ਇਹ ਮੈਨੂੰ ਬੜਾ ਹੀ ਚੰਗਾ ਲੱਗਾ ਪਰ ਕਰੀਮ ਬਹੁਤ ਤੇਜ਼ ਸੀ ਉਹ ਨਹੀਂ ਮੈ ਲਈ ਕਾਫੀ ਲਈ ਮੈਨੇ ਆਪਣੀ ਲਾਈਟ ਲਈ ਮੈਂ ਕਿ ਐਵੇਂ ਖਾ ਕੇ ਕਿਤੇ ਮੇਰੇ ਦਿਲ ਦੀ ਧੜਕਣ ਧਕ ਧਕ ਨਾ ਕਰਨ ਲੱਗ ਪਵੇ ਤੇ ਹੋਰ ਕਿਤੇ ਮੈਂ ਇੱਥੇ ਐਂਬੂਲੈਂਸ ਬੁਲਾਈ ਹੋਈ ਮੈਨੂੰ ਨਹੀਂ ਜੋ ਕਾਫੀ ਸੂਟ ਕਰਦੀ ਤੋ ਇਹ ਮੇਰੇ ਹਸਬੰਦ ਨੇ ਲਈ ਫਿਰ ਦੂਸਰੀ ਕਾਫੀ ਔਰ ਯਹਾਂ ਪਰ ਜੋ ਹੈ ਬਸ ਅਯਾਨ ਨੇ ਕਿਹਾ ਕਿ ਉਹਨੇ ਵੀ ਕੁਝ ਲੈਣਾ ਹੈ ਤੋ ਮੈਂ ਕਿਲਾ ਤੂੰ ਹੀ ਲੈ ਲੈ ਫਰੇ ਕਿਹੜੀ ਸ਼ੈ ਬਣਦੀ ਪਈ ਸੀ ਤਾਂ ਇਹ ਸ਼ਾਪ ਮੈਂ ਮੈਂ ਆਈਆ ਮੈਨੂੰ ਸਕਾਫ ਨਜ਼ਰ ਆਇਆ ਬਿਲਕੁਲ ਜਿਸ ਤਰ੍ਹਾਂ ਸਾਡੇ ਪਾਕਿਸਤਾਨ ਦੀ ਡਿਜ਼ਾਈਨਿੰਗ ਨਹੀਂ ਹੁੰਦੀ ਬਿਲਕੁਲ ਉਸ ਤਰ੍ਹਾਂ ਤੇ ਮੈਂ ਕਿਹਾ ਅਏ ਅਸੀਂ ਵੇਖੋ ਚੀਜ਼ਾਂ ਪਾਕਿਸਤਾਨ ਦੀਆਂ ਸਾਨੂੰ ਕਿਦਰੇ ਬਾਹਰ ਵੀ ਨਜ਼ਰ ਆ ਜਾਣ ਤੇ ਸਾਨੂੰ ਉਨਜੀ ਮੁਹੱਬਤ ਹੁੰਦੀ ਹੈ ਉਹਨਾਂ ਸ਼ੈਵਾਂ ਦੇ ਨਾਲ ਤੋ ਜੀ ਇਸ ਕੋ हमने ਰੱਖ ਦਿਆ ਔਰ ਪ੍ਰਾਈਸ ਇਸ ਕੀ ਦੇਖੀ ਵੇਖੋ ਇਹਦੀ ਪ੍ਰਾਈਸ ਕੀਮਤਾਂ ਤੇ ਮੈਂ ਕਹਿੰਨੀ ਆ ਅਸਮਾਨ ਸੇ ਬਾਤਾਂ ਕਰਦੀਆਂ ਚੀਜ਼ੋਂ ਕੀ दुकाना तो हले भी बड़ा ही रश से यह जी कॉस्मैटिक्स कंपनी ये भी इधर ही है बिस्टर विलेज में ही इतने ना मेकअप दीज़ा स्किन केयर दीज़ा बहुत रीजनेबल प्राइस से मिल जा मेरिया चीज़ा काफ़ी ख़त्म होने तो हुई मैं क्या चलो मैं लै लव और बस फिर वो पहले तो अयन ने खाया फिर मैं और मेरी बेटी हम यहाँ पर बैठ गए मैं क्या चलो हम असी भी कुछ खा ली बस यहाँ से हमने खाने के बाद फिर जी फिर थोड़ा जि उठ के टरे फिरे ਹੈਂਡਬੈਗ ਸੰ ਚੀਜ਼ਾਂ ਸੰ ਬਸ ਬੰਦਾ ਐਵੇਂ ਚੀਜ਼ਾਂ ਵੇਖਦਾ ਮੈਂ ਮese ਜ਼ਿੰਦਗੀ ਚ ਜਿਹੜੀ ਚੀਜ਼ ਵੇਖ ਕੇ ਛੱਡੀ ਹੈ ਨਾ ਕਿ ਮੈਂ ਨਹੀਂ ਲੈ ਸਕਦੀ ਤੁਸੀਂ ਯਕੀਨ ਕਰੋ ਕਿ ਮੈਂ ਅੱਲਾ ਨੇ ਮੈਨੂੰ ਫਰੇਨਾ ਦਿੱਤਾ ਕਿ ਮੈਂ ਉਸ ਤੋਂ ਬਾਅਦ ਉਹ ਜੀਆਂ ਕਿੰਨੀਆਂ ਹੀ ਚੀਜ਼ਾਂ ਖਰੀਦ ਸਕਦੀ ਸਾਂ ਪਰ ਇਹ ਦਿਲ ਚ ਕਦੀ ਇਹ ਨਹੀਂ ਸੀ ਕੀਤਾ ਕਿ ਮੇਰੇ ਕੋਲ ਨਹੀਂ ਹਾਂ ਵੇਖ ਕੇ ਜ਼ਰੂਰ ਰੱਖ ਦੇਣੀ ਕਿ ਨਹੀਂ ਇਹਦੀ ਕੀਮਤ ਬਹੁਤ ਜ਼ਿਆਦਾ ਹੈ ਤੇ ਮੈਂ ਕਹਿੰਨੀ ਹਾਂ ਅੱਲਾ ਤੇ ਹਮੇਸ਼ਾ ਤਵੱਕਲ ਭਰੋਸਾ ਰੱਖਣਾ ਚਾਹੀਦਾ ਕਿ ਸਾਡਾ ਰੱਬ ਬਹੁਤ ਬੇਨਿਆਜ਼ ਹੈ ਉਹ ਸਾਨੂੰ ਐਸੇ-ਐਸੇ ਜਗ੍ਹਾ ਤੇ ਦਿੰਦਾ ਜਿੱਥੋਂ ਅਸੀਂ ਸੋਚ ਵੀ ਨਹੀਂ ਸਕਦੇ ਸਾਨੂੰ ਜ਼ਿੰਦਗੀ ਚੱਗੋਂ ਕਿਹੜੇ-ਕਿਹੜੇ ਮਕਾਮ ਤੇ ਲੈ ਜਾਂਦਾ ਸਾਡੇ ਖਾਬੋ-ਖਿਆਲ ਚ ਵੀ ਨਹੀਂ ਹੁੰਦਾ ਤੇ ਬਸ ਜੀ ਮੈਂ ਔਰ ਬੇਟੀ ਮੇਰੇ ਹਸਬੰਡ ਚਲੇ ਗਏ تھے ਮੈਂ ਔਰ ਮੇਰੀ ਬੇਟੀ ਫਿਰ ਹਮ ਟ੍ਰੇਨ 'ਤੇ ਆਏ ਬਾਜਾਸੀ ਫਿਰਨਾ ਜੋ ਬਹੁਤ ਸੀ ਹੈ ਉਹ ਆਨ ਤੰਗ ਪੈ ਕੇ ਉਹਦੇ ਟਿੱਡ ਚ ਪੀੜਉਣ ਲਾ ਪੀ ਉਹਨੇ ਲੈ ਕੇ ਕਾਰ ਚਲੇ ਗਏ ਲੈ ਜੀ ਸ਼ਾਮ ਦਾ ਮੰਜ਼ਰ ਦੇਖੇ ਕਿੰਨਾ ਖੂਬਸੂਰਤ ਇਹ ਆ ਗਈ ہماری ਟ੍ਰੇਨ हम आए ट्रेन में बैठ के घर और बस जी ये होता है जिंदगी का मैं कहनी हाँ तस्वीरों तो भी चीज़ा कैद हो जाए लम्हे कैद हो जाते हैं ओके जी बाय